ਤਾਂ ਗੁਰਦਾਸਪੁਰ ਦੇ ਵਿੱਚ ਗੋਲੀ ਕਾਂਡ ਦੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਅਤੇ ਇੱਕ ਦੂਜੇ ਦੇ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਤਾਂ ਐਕਸਕਲੂਸਿਵ ਵੀਡੀਓ ਗੁਰਦਾਸਪੁਰ ਵਾਲੇ ਕਾਂਡ ਦੀ ਸਾਹਮਣੇ ਆ ਚੁੱਕੀ ਹੈ। ਸ਼੍ਰੀ ਹਰਗੋਬਿੰਦਪੁਰਾ ਦੇ ਵਿੱਚ ਇਹ ਤਾਬੜਤੋੜ ਇੱਕ ਦੂਜੇ ਦੇ ਉੱਤੇ ਗੋਲੀਆਂ ਚੱਲੀਆਂ ਸੀ, ਇੱਕ ਕਾਰ ਜੋ ਹੈ ਉਹ ਛਾਨਣੀ ਬਣਾ ਦਿੱਤੀ ਸੀ। ਤਾਂ ਪਾਣੀ ਵਾਲੀ ਖਾਲ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਸੀ, ਜਿਸ ਦੇ ਵਿੱਚ 60 ਰਾਊਂਡ ਕਰੀਬ ਫਾਇਰ ਕੀਤੇ ਗਏ ਸੀ ਅਤੇ ਇੱਕ ਕਾਰ ਛਾਨਣੀ ਬਣਾ ਦਿੱਤੀ ਸੀ। 4 ਲੋਕਾਂ ਦੀ ਇਸ ਵਾਰਦਾਤ ਦੇ ਵਿੱਚ ਮੌਤ ਹੋਈ ਸੀ। ਤਾਂ ਦੋ ਧਿਰਾਂ ਪਾਣੀ ਵਾਲੀ ਖਾਲ ਨੂੰ ਲੈ ਕੇ ਆਮੋ ਸਾਹਮਣੇ ਹੋਈਆਂ ਨੇ। ਤਾਂ ਦੱਸ ਦਈਏ ਕਿ 4 ਲੋਕਾਂ ਦੀ ਇਸ ਵਾਰਦਾਤ ਦੇ ਵਿੱਚ ਮੌਤ ਹੋ ਗਈ ਹੈ। ਤਾਂ ਘਟਨਾ ਦੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦਨਾਲੀਆਂ ਦੇ ਨਾਲ ਇੱਕ ਦੂਜੇ ਦੇ ਉੱਤੇ ਫਾਇਰ ਕੱਢੇ ਜਾ ਰਹੇ ਨੇ ਅਤੇ ਇਸ ਦੇ ਨਾਲ ਹੀ ਗੋਲੀਆਂ ਦੀਆਂ ਆਵਾਜ਼ਾਂ ਸਾਫ਼ ਸੁਣੀਆਂ ਜਾ ਸਕਦੀਆਂ ਨੇ। ਇਸ ਘਟਨਾਕ੍ਰਮ ਦੇ ਵਿੱਚ ਕੁੱਲ 11 ਲੋਕ ਜ਼ਖਮੀ ਹੋਏ ਸੀ, ਜਿਨ੍ਹਾਂ ਦੇ ਵਿੱਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਂ ਦੋਵਾਂ ਧਿਰਾਂ ਦੇ 2-2 ਵਿਅਕਤੀਆਂ ਦੀ ਮੌਤ ਹੋਈ ਹੈ, ਜਦਕਿ 7 ਲੋਕ ਇਸ ਘਟਨਾਕ੍ਰਮ ਦੇ ਵਿੱਚ ਜ਼ਖਮੀ ਹੋਏ ਨੇ। ਤਾਂ ਗੋਲੀਆਂ ਦੀਆਂ ਆਵਾਜ਼ਾਂ ਸਾਫ਼ ਸੁਣੀਆਂ ਜਾ ਸਕਦੀਆਂ ਨੇ। ਗੁਰਦਾਸਪੁਰ ਦੇ ਵਿੱਚ ਪਾਣੀ ਵਾਲੀ ਖਾਲ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਤਾਂ ਇਹ ਐਕਸਕਲੂਸਿਵ ਤਸਵੀਰਾਂ ਨਿਊਜ਼ 18 ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਦੇ ਉੱਤੇ ਅੰਨੇਵਾਹ ਫਾਇਰਿੰਗ ਕੀਤੀ ਗਈ ਹੈ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਨੇ। ਤਾਂ ਦੱਸ ਦਈਏ ਕਿ ਪਾਣੀ ਵਾਲੀ ਖਾਲ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਅਤੇ ਬੀਤੇ ਦਿਨਾਂ ਇਹ ਜਦੋਂ ਲਾਈਟਾਂ ਵਾਲੇ ਚੌਂਕ ਦੇ ਵਿੱਚ ਆਮੋ ਸਾਹਮਣੇ ਹੁੰਦੇ ਨੇ ਤਾਂ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਅਲਟੋ ਕਾਰ ਛਾਨਣੀ ਬਣਾ ਕੇ ਰੱਖ ਦਿੱਤੀ ਸੀ ਇਹਨਾਂ ਦੇ ਵੱਲੋਂ। ਤਾਂ ਇਹ ਮੌਕੇ ਦੀਆਂ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਹੈ, ਜਦੋਂ ਇਹ ਗੋਲੀਆਂ ਇੱਕ ਦੂਜੇ ਦੇ ਉੱਤੇ ਚਲਾਉਂਦੇ ਨਜ਼ਰ ਆਏ ਨੇ। ਹਾਲਾਂਕਿ ਇਸ ਘਟਨਾਕ੍ਰਮ ਦੇ ਵਿੱਚ ਦੋਵਾਂ ਧਿਰਾਂ ਦੇ 2-2 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਗੁਰਦਾਸਪੁਰ ਦੇ ਵਿੱਚ ਗੋਲੀ ਕਾਂਡ ਦੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਅਤੇ ਇੱਕ ਦੂਜੇ ਦੇ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਤਾਂ ਐਕਸਕਲੂਸਿਵ ਵੀਡੀਓ ਗੁਰਦਾਸਪੁਰ ਵਾਲੇ ਕਾਂਡ ਦੀ ਸਾਹਮਣੇ ਆ ਚੁੱਕੀ ਹੈ। ਸ਼੍ਰੀ ਹਰਗੋਬਿੰਦਪੁਰਾ ਦੇ ਵਿੱਚ ਇਹ ਤਾਬੜਤੋੜ ਇੱਕ ਦੂਜੇ ਦੇ ਉੱਤੇ ਗੋਲੀਆਂ ਚੱਲੀਆਂ ਸੀ, ਇੱਕ ਕਾਰ ਜੋ ਹੈ ਉਹ ਛਾਨਣੀ ਬਣਾ ਦਿੱਤੀ ਸੀ। ਤਾਂ ਪਾਣੀ ਵਾਲੀ ਖਾਲ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਸੀ, ਜਿਸ ਦੇ ਵਿੱਚ 60 ਰਾਊਂਡ ਕਰੀਬ ਫਾਇਰ ਕੀਤੇ ਗਏ ਸੀ ਅਤੇ ਇੱਕ ਕਾਰ ਛਾਨਣੀ ਬਣਾ ਦਿੱਤੀ ਸੀ। 4 ਲੋਕਾਂ ਦੀ ਇਸ ਵਾਰਦਾਤ ਦੇ ਵਿੱਚ ਮੌਤ ਹੋਈ ਸੀ। ਤਾਂ ਦੋ ਧਿਰਾਂ ਪਾਣੀ ਵਾਲੀ ਖਾਲ ਨੂੰ ਲੈ ਕੇ ਆਮੋ ਸਾਹਮਣੇ ਹੋਈਆਂ ਨੇ। ਤਾਂ ਦੱਸ ਦਈਏ ਕਿ 4 ਲੋਕਾਂ ਦੀ ਇਸ ਵਾਰਦਾਤ ਦੇ ਵਿੱਚ ਮੌਤ ਹੋ ਗਈ ਹੈ। ਤਾਂ ਘਟਨਾ ਦੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦਨਾਲੀਆਂ ਦੇ ਨਾਲ ਇੱਕ ਦੂਜੇ ਦੇ ਉੱਤੇ ਫਾਇਰ ਕੱਢੇ ਜਾ ਰਹੇ ਨੇ ਅਤੇ ਇਸ ਦੇ ਨਾਲ ਹੀ ਗੋਲੀਆਂ ਦੀਆਂ ਆਵਾਜ਼ਾਂ ਸਾਫ਼ ਸੁਣੀਆਂ ਜਾ ਸਕਦੀਆਂ ਨੇ। ਇਸ ਘਟਨਾਕ੍ਰਮ ਦੇ ਵਿੱਚ ਕੁੱਲ 11 ਲੋਕ ਜ਼ਖਮੀ ਹੋਏ ਸੀ, ਜਿਨ੍ਹਾਂ ਦੇ ਵਿੱਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਂ ਦੋਵਾਂ ਧਿਰਾਂ ਦੇ 2-2 ਵਿਅਕਤੀਆਂ ਦੀ ਮੌਤ ਹੋਈ ਹੈ, ਜਦਕਿ 7 ਲੋਕ ਇਸ ਘਟਨਾਕ੍ਰਮ ਦੇ ਵਿੱਚ ਜ਼ਖਮੀ ਹੋਏ ਨੇ। ਤਾਂ ਗੋਲੀਆਂ ਦੀਆਂ ਆਵਾਜ਼ਾਂ ਸਾਫ਼ ਸੁਣੀਆਂ ਜਾ ਸਕਦੀਆਂ ਨੇ। ਗੁਰਦਾਸਪੁਰ ਦੇ ਵਿੱਚ ਪਾਣੀ ਵਾਲੀ ਖਾਲ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਤਾਂ ਇਹ ਐਕਸਕਲੂਸਿਵ ਤਸਵੀਰਾਂ ਨਿਊਜ਼ 18 ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਦੇ ਉੱਤੇ ਅੰਨੇਵਾਹ ਫਾਇਰਿੰਗ ਕੀਤੀ ਗਈ ਹੈ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਨੇ। ਤਾਂ ਦੱਸ ਦਈਏ ਕਿ ਪਾਣੀ ਵਾਲੀ ਖਾਲ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਅਤੇ ਬੀਤੇ ਦਿਨਾਂ ਇਹ ਜਦੋਂ ਲਾਈਟਾਂ ਵਾਲੇ ਚੌਂਕ ਦੇ ਵਿੱਚ ਆਮੋ ਸਾਹਮਣੇ ਹੁੰਦੇ ਨੇ ਤਾਂ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਅਲਟੋ ਕਾਰ ਛਾਨਣੀ ਬਣਾ ਕੇ ਰੱਖ ਦਿੱਤੀ ਸੀ ਇਹਨਾਂ ਦੇ ਵੱਲੋਂ। ਤਾਂ ਇਹ ਮੌਕੇ ਦੀਆਂ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਹੈ, ਜਦੋਂ ਇਹ ਗੋਲੀਆਂ ਇੱਕ ਦੂਜੇ ਦੇ ਉੱਤੇ ਚਲਾਉਂਦੇ ਨਜ਼ਰ ਆਏ ਨੇ। ਹਾਲਾਂਕਿ ਇਸ ਘਟਨਾਕ੍ਰਮ ਦੇ ਵਿੱਚ ਦੋਵਾਂ ਧਿਰਾਂ ਦੇ 2-2 ਵਿਅਕਤੀਆਂ ਦੀ ਜਾਨ ਚਲੀ ਗਈ ਹੈ।